ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਘੁਮਿਆਰਾ, ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਦੇ ਪਿੰਡ, ਇੱਕ ਪਾਸੇ ਮੋਰਾਂ ਵਾਲੀ ਹੈ, ਦੂਜੇ ਪਾਸੇ ਮੁੱਦਕੀ ਵੀ ਨੇੜ ਰਹਿ ਜਾਂਦਾ, ਜਿਹਦੇ 'ਚੋਂ ਪਿੰਡ ਜਿਹੜਾ ਇੱਧਰਲੇ ਪਾਸੇ ਚੰਦੜ ਵੀ ਆਉਂਦਾ, ਮਿਸ਼ਰੀ ਵਾਲਾ ਵੀ ਇਹਦੇ ਨੇੜ ਦਾ ਪਿੰਡ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਦੱਸੋ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਕਿੱਤੇ ਦੇ ਤੌਰ 'ਤੇ ਪਸ਼ੂ ਪਾਲਣ ਦਾ ਕੰਮ ਕੀਤਾ ਜਾਂਦਾ ਹੈ, ਅਤੇ ਪਸ਼ੂ ਅੱਜ ਦੇ ਟਾਈਮ 'ਚ ਬਹੁਤੇ ਘਰਾਂ 'ਚ ਇੱਦਾਂ ਹੀ ਆ ਵੀ ਇੱਕ ਨਗ ਜੇ ਸੂ ਪਿਆ ਤਾਂ ਦੂਜਾ ਵੇਚਿਆ ਜਾਂਦਾ, ਕਿਉਂਕਿ ਦੁੱਧ ਘਰ ਪੀਣ ਦਾ ਜਿਹੜਾ ਉਹਦੀ ਲੋੜ ਪੂਰੀ ਕਰਨ ਵਾਸਤੇ ਇੱਕ ਅੱਧਾ ਨਗ ਜਿਹੜਾ ਉਹ ਸੱਜਰ ਘਰਾਂ 'ਚ ਰੱਖਿਆ ਜਾਂਦਾ। ਅੱਜ ਦੀ ਜਿਹੜੀ ਵੀਡੀਓ ਦੱਸੋ, ਇਹਦੇ 'ਚ ਸਾਹਮਣੇ ਇੱਕ ਮੱਝ ਖੜੀ ਹੈ, ਬਹੁਤ ਵੱਡਾ ਢਾਂਚਾ, ਖੁੱਲ੍ਹਾ ਡੁੱਲਾ ਢਾਂਚਾ ਹੈ, ਮਾਰਕਿੰਗ ਇਹਦੀ ਓਵਰਵਾਈਟ ਆ, ਉਹ ਟੁੱਟਵੀਂ ਆ, ਉਹ ਤੁਸੀਂ ਦੇਖ ਹੀ ਰਹੇ ਹੋ, ਪਰ ਜੇ ਸਟਰਕਚਰ ਦੇਖਦੇ ਹਾਂ ਤਾਂ ਨਸਲ ਨੀਲੀ ਰਾਵੀ ਵਾਲਾ, ਅਤੇ ਚੌੜਾਈ ਢਾਂਚੇ ਦੀ ਬਹੁਤ ਆ, ਬਾਕੀ ਜੋ ਤੁਰੂ ਉਦੋਂ ਤੁਹਾਨੂੰ ਜੱਜਮੈਂਟ ਹੋਊਗੀ। ਆਪਦੀ ਮਾਰਕਿੰਗ ਟੁੱਟਵੀਂ ਆ, ਪਰ ਇਹਨੇ ਇੱਕ ਕੱਟੀ ਨੂੰ ਜਨਮ ਦਿੱਤਾ ਅਤੇ ਕੱਟੀ ਦੀ ਮਾਰਕਿੰਗ ਤੁਸੀਂ ਦੇਖ ਸਕਦੇ ਹੋ, ਮਤਲਬ ਜ਼ਰੂਰੀ ਨਹੀਂ ਜੇ ਓਵਰ ਵਾਈਟਨੈਸ ਵਾਲੀ ਮੱਝ ਖਰੀਦਦੇ ਹਾਂ ਤਾਂ ਉਹਦੇ 'ਚੋਂ ਬੱਚਾ ਸੋਹਣਾ ਨਾ ਆਊਗਾ, ਬੱਚੇ ਇਹ ਮੱਝਾਂ ਵੀ ਸੋਹਣੇ ਪਾਉਂਦੀਆਂ, ਤੁਸੀਂ ਇਸ ਝੋਟੀ ਨੂੰ ਦੇਖ ਸਕਦੇ ਹੋ, ਇਸੇ ਮੱਝ ਦੀ ਇਹ ਧੀ ਹੈ, ਬਿੱਲੇ ਨੇਤਰ ਦੀ ਹੈ, ਮਾਰਕਿੰਗ ਵੀ ਦੇਖੋ ਸੋਹਣੀ ਆਈ ਹੈ ਅਤੇ ਢਾਂਚੇ ਦੀ ਵੀ ਇਹ ਸੋਹਣੀ ਹੈ, ਸੋ ਇਹ ਕੱਟੀ ਨੂੰ ਇਹਨੇ ਜਨਮ ਦਿੱਤਾ ਹੈ। ਅਤੇ ਜਿਹੜੀ ਮੈਂ ਅੱਗੇ ਗੱਲ ਕੀਤੀ ਸੀ ਵੀ ਇੱਕ ਅੱਧਾ ਨਗ ਜੋ ਸੱਜਰ ਹੋ ਜਾਵੇ ਫਿਰ ਦੂਜਾ ਵੇਚਿਆ ਜਾਂਦਾ, ਤਾਂ ਇਹ ਝੋਟੀ ਤਾਜ਼ੀ ਸੂਈ ਵੀ ਹੈ, ਅਤੇ ਘਰੋਂ ਜਿਹੜਾ ਘਰ ਦੁੱਧ ਪੀਣਾ ਉਹ ਇਹਦੇ ਨਾਲ ਡੰਗਾ ਸਰਦਾ ਰਹਿਣਾ, ਹਾਲਾਂਕਿ ਇੱਕ ਗਾਂ ਵੀ ਨਾਲ ਹੋਰ ਹੈਗੀ ਹੈ। ਆਓ ਇਹਦੀ ਡਿਟੇਲ ਪੁੱਛੀਏ, ਦੱਸੋ ਫਿਰ ਇੱਥੋਂ ਤੁਹਾਨੂੰ ਤੋਰ ਕੇ ਦਿਖਾਵਾਂਗੇ, ਜਿਹਨੂੰ ਜੱਚੂ ਉਹ ਵੀਰ ਤਸੱਲੀ ਜ਼ਰੂਰ ਕਰੂਗਾ ਆ ਕੇ, ਨੰਬਰ ਸਕਰੀਨ 'ਤੇ ਬਾਈ ਜੀ ਦਾ ਚੱਲਦਾ ਰਹਿਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਆਪਣਾ ਦੱਸ ਦਿਓ ਜੀ। ਸਾਧੂ ਸਿੰਘ। ਠੀਕ ਹੈ, ਅੱਜ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਹੋ ਜੀ, ਘਰ ਦੀ ਮੱਝ ਆਪਣੇ? ਘਰ ਦੀ। ਵੈਸੇ ਘਰ ਅਸਤੀ ਰੱਖੇ ਹੋਏ ਆ ਪਸ਼ੂ, ਹੈ ਨਾ, ਕੋਈ ਵਪਾਰ ਤਾਂ ਨਹੀਂ ਕਰਦੇ? ਹਾਂਜੀ ਹਾਂਜੀ। ਇਹ ਕਿਨਵਾਂ ਸੂਆ ਸੂਣ ਲੱਗੀ? ਤੀਜੇ ਸੂਏ ਸੂਣੇ। ਤੀਜਾ ਸੂਆ ਇਹਨੇ ਸੁਣਾ? ਹਾਂਜੀ। ਠੀਕ ਹੈ। ਅੱਛਾ, ਇਹ ਦੁੱਧ ਦਾ ਕੀ ਰਿਕਾਰਡ ਪਿਛਲੇ ਸੂਏ ਦਾ? ਇਹ 8 ਕਿਲੋ ਡੰਗ ਦਾ ਦਿੰਦੀ ਹੈ। ਠੀਕ ਹੈ, 16 ਕਿਲੋ ਆਮ ਸੇਵਾ ਤੇ। ਆਮ ਸੇਵਾ ਤੇ 16 ਕਿਲੋ ਪਿਛਲੇ ਸੂਏ 'ਚ ਆਪਾਂ ਇਹਦਾ ਚੋਇਆ। ਹਾਂਜੀ ਹਾਂਜੀ। ਠੀਕ ਹੈ। ਅੱਛਾ, ਇਹ ਬੱਚਾ ਜਿਹੜਾ ਮੈਂ ਕੱਟੀ ਦਿਖਾ ਰਿਹਾ ਸੀ, ਇਸੇ ਮੱਝ ਦੀ ਹੈ? ਇਸੇ ਮੱਝ ਦੀ ਹੈ, ਬਿੱਲੇ ਦੀ, ਨੇਤਰ ਬਿੱਲੇ ਦੀ। ਠੀਕ ਹੈ। ਅੱਛਾ, ਐਤਕੀ ਸੀਮਨ ਕੁਛ ਧਿਆਨ 'ਚ ਹੈ, ਕਿਹੜਾ ਲੱਗਾ ਇਹਦੇ? ਇਹਦੇ 'ਚ ਖੀਰਾ ਵਾਲੀ ਦਾ ਲੱਗਾ ਹੋਇਆ ਸੀ। ABC ਸੀਮਨ ਬੈਂਕ ਵੀਰਾਂ ਵਾਲੀ ਦਾ? ਹਾਂਜੀ ਹਾਂਜੀ। ਠੀਕ ਹੈ, ਉਹ ਬੁੱਲ ਦਾ ਨਾਮ ਨਹੀਂ ਧਿਆਨ 'ਚ, ਕਿਹੜਾ ਲੱਗਾ? ਧਿਆਨ 'ਚ। ਠੀਕ ਹੈ, ਕਿੰਨੇ ਕੁ ਦਿਨ ਲੈ ਜੂ ਸੂਣ 'ਚ? ਇਹ ਬਸ ਹਫ਼ਤੇ ਦੇ ਵਿੱਚ ਸੁੱਕੂ, ਇੱਕ ਹਫ਼ਤੇ 'ਚ ਸੁੱਕੂ। ਡਿਮਾਂਡ ਰੇਟ ਆਪਾਂ ਕੀ ਰੱਖਦੇ ਹਾਂ? ਰੇਟ ਬਾਈ ਜੀ ਫੋਨ 'ਤੇ ਗੱਲ ਕਰਾਂ। ਠੀਕ ਹੈ, ਖੁੱਲ੍ਹ ਗਏ ਨੂੰ ਆਪਾਂ ਤੋਰ ਕੇ ਦਿਖਾ ਦਿੰਦੇ। ਸੋ ਦੱਸੋ, ਸੂਆ ਤੀਜਾ ਖੋਲ ਨਹੀਂ ਬਈ ਇਹਨੂੰ? 16 ਕਿਲੋ ਦੁੱਧ ਦੂਜੇ ਸੂਏ 'ਚ ਚੋਇਆ। ਮਾਰਕਿੰਗ ਬਾਰੇ ਮੈਂ ਪਹਿਲਾਂ ਇਹ ਗੱਲ ਐਡ ਇਸ ਕਰਕੇ ਕਰਤੀ ਸੀ ਵੀ ਉਹ ਤੁਸੀਂ ਕਲੀਅਰ ਦੇਖ ਰਹੇ ਹੋ, ਪਰ ਬੱਚੇ ਇਹਨੇ ਜੇ ਝੋਟੀ ਨੂੰ ਦੇਖਦੇ ਆ ਤਾਂ ਸੋਹਣੇ ਬੱਚੇ ਨੂੰ ਜਨਮ ਦਿੱਤਾ। ਸਿੰਘ ਕੁੰਡਿਆਂ ਦੀ ਮੱਝ ਹੈ, ਵਜਨ ਫੁੱਲ ਆ, ਦੱਸੋ ਮੱਝ ਦਾ, ਉਹ ਤੁਸੀਂ ਦੇਖ ਹੀ ਰਹੇ ਹੋ, ਥਣ ਹੱਥੀਂ ਚਵਾਈ ਵਾਲਾ, ਪੂਰੀ ਚੌੜਾਈ ਦੇ ਵਿੱਚ ਇਹਦੀ ਧਾੜ ਆ, ਹਾਈਟ ਵੀ ਫੁੱਲ ਹੈ, ਪੂਰੀ ਉੱਚੀ ਮੱਝ ਮੰਨਾਂਗੇ, ਅਤੇ ਜੇ ਆਪਾਂ ਇਹਦੇ ਢਾਂਚੇ ਨੂੰ ਦੇਖਦੇ ਹਾਂ ਤਾਂ ਉਹ ਵੀ ਕਾਫੀ ਖੁੱਲ੍ਹਾ ਡੁੱਲਾ, ਪਤਲੀ ਚਮੜੀ ਦੀ ਅਤੇ ਉੱਤੋਂ ਸਿੰਗਲ ਹੱਡੀ ਦਿਸਦੀ ਹੈ। ਸਿੱਧੀ ਲਈ ਚੱਲ ਟਰੈਕਟਰ ਵੱਲ ਨੂੰ। ਸੋ ਇਹਦਾ ਢਾਂਚਾ ਤੁਸੀਂ ਦੇਖੋ, ਹਵਾਨਾ ਦੱਸੋ, ਅਜੇ ਇਹਨੇ ਪੂਰਾ ਭਰਨਾ ਹੈ, ਕਿਉਂਕਿ ਅਜੇ ਦਿਨ ਪਏ ਆ, ਹਫ਼ਤਾ ਲੈ ਜੂਗੀ ਘੱਟੋ ਘੱਟ, ਬਾਈ ਜੀ ਹੋਰੀ ਕਹਿੰਦੇ ਖੜੀ ਰਹਿੰਦੀ। ਤੁਸੀਂ ਇਹਦਾ ਹਵਾਨੇ ਦਾ ਡਿਜ਼ਾਇਨ ਹੁਣ ਦੇਖ ਸਕਦੇ ਹੋ, ਇਹ ਰੋਖਾ ਦੱਸੋ ਇਹਦੇ ਹਵਾਨੇ ਦਾ ਇਸ ਟਾਈਮ ਦਾ। ਸੋ ਵਜਨ ਫੁੱਲ, ਹਵਾਨਾ ਪੂਰਾ ਵੱਡਾ, ਥਾਂਡਾ ਸਹਿਜ ਸੋਹਣਾ, ਉੱਤੋਂ ਫੁੱਲ ਚਮੜੀ ਜਿਹੜੀ ਉਹ ਢਿੱਲੀ ਹੈ, ਬਸ ਸਿਰਫ ਇੱਕ ਇਹ ਤੁਸੀਂ ਇਹਦਾ ਔਗਣ ਮੰਨ ਸਕਦੇ ਹੋ ਵੀ ਜਿਹੜਾ ਰੰਗ ਹੈ, ਮਾਰਕਿੰਗ ਜਿਹੜੀ ਟੁੱਟਵੀਂ ਆ ਗਈ, ਬਾਕੀ ਸਾਰਾ ਕੁਛ ਜੇ ਆਪਾਂ ਢਾਂਚੇ ਨੂੰ ਦੇਖਦੇ ਹਾਂ ਜਾਂ ਥਣ ਹਵਾਨੇ ਨੂੰ ਦੇਖਦੇ ਹਾਂ ਤਾਂ ਮੱਝ ਵੀ ਦੁੱਧ ਵਾਲੀ ਹੈ। ਕਮਾਲਾ ਬਾਈ, ਲੈ ਚਲੋ ਤੁਹਾਨੂੰ। ਸੋ ਤੁਰਦਿਆਂ ਤੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ, ਦੱਸੋ
ਅੱਜ ਦੀ ਵੀਡੀਓ ਦੀ ਇਹ ਮੱਝ ਫੋਰ ਸੇਲ ਪਿੰਡ ਘੁਮਿਆਰੇ ਦੇ ਵਿੱਚ ਇਹ ਖੜੀ ਹੈ। ਉਹ ਫਿਰ ਤੁਸੀਂ ਇਹਨੂੰ ਤੁਰਦੀ ਤੋਂ ਇਹਦਾ ਜਿਹੜਾ ਹਵਾਨਾ ਥਾਨ ਦੇਖ ਸਕਦੇ ਹੋ। ਨਹੀਂ ਘੁਮਾਵਾਂਗੇ ਤੋਰਾਂਗੇ ਫਿਰ ਇੱਕ ਜਿਹੜਾ ਹੋਰ ਦੱਸੋ ਕਢਾਵਾਂਗੇ ਆਪਾਂ। ਇਹ ਬਾਈ ਵੀ ਬੜਾ ਸ਼ੌਕੀਨ ਹੈ ਉੱਤੋਂ ਦੀ ਨੰਘਾਉਂਦਾ ਜਿਹੜੀ ਥੜੀ ਜੀ ਬਣੀ ਵੀ ਹੈ ਪਸ਼ੂ ਦਾ ਪੈਰ ਖਾਲੀ 'ਚ ਨਾ ਪਵੇ। ਗੇਟ ਵੱਲ ਨੂੰ ਲੈ ਚੱਲ। ਸੋ ਫਿਰ ਤੁਸੀਂ ਇਹਨੂੰ ਤੁਰਦੀ ਤੋਂ ਦੇਖੋ ਇਹ ਰੁੱਖ ਦੱਸੋ ਇਹਦੇ ਪਿਛਲੇ ਪਾਸਿਓਂ ਹਵਾਨੇ ਦਾ। ਮੈਂ ਤੁਹਾਨੂੰ ਅਗਾੜੀ ਵੀ ਨੋਟ ਕਰਾਊਂਗਾ, ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਅਗਲੇ ਪਾਸਿਓਂ ਹਵਾਨਾ ਕਿੱਦਾਂ ਦਾ ਦਿਖਾਉਂਦੀ ਹੈ। ਰੋਕੀ ਇੱਥੇ ਬਾਈ। ਸੋ ਦੋਸਤੋ ਪਛਾਣ ਨੂੰ ਹਵਾਨਾ ਹਜੇ ਟਾਈਮ ਪਿਆ ਪਰ ਦਿਖਾਉਂਦੀ ਚੰਗਾ। ਇੱਥੋਂ ਅਗਾੜੀ ਤੁਸੀਂ ਦੇਖ ਸਕਦੇ ਹੋ ਥਣ ਦਾ ਸਹਿਜ ਇੱਦਾਂ ਦਾ ਹੀ ਇਹਦਾ ਰਹੂਗਾ, ਸੋਹਣਾ ਥਣ ਹੈ। ਹਵਾਨਾ ਤੁਸੀਂ ਇਹਦਾ ਚੌੜਾ ਦੇਖ ਸਕਦੇ ਹੋ। ਚੜਾ ਲਾ ਬਾਈ ਖੁਰਲੀ 'ਤੇ ਲੈ ਚੱਲ, ਬੰਦ ਇੱਥੋਂ ਦੀ ਚੜਾ ਲਾ ਸਿੱਧੀ। ਸੋ ਦੱਸੋ ਇਹਦਾ ਤੁਸੀਂ ਫੇਸ ਦੇਖ ਸਕਦੇ ਹੋ, ਅਗਾੜੀ ਦੇਖ ਸਕਦੇ ਹੋ। ਸੋ ਇਹ ਮੱਝ ਹੈ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੀ। ਇੱਕ ਹੀ ਨਗ ਵਿਕਾਊ ਆ ਕਿਉਂਕਿ ਪਸ਼ੂ ਥੋੜ੍ਹੇ ਆ ਅਤੇ ਉਹਨਾਂ ਦੇ ਵਿੱਚੋਂ ਦੋ ਸੱਜਰ ਹੁੰਦੇ ਸੀ, ਉਹਦੇ ਕਰਕੇ ਇੱਕ ਮੱਝ ਇਹਨਾਂ ਨੇ ਵਿਕਾਊ ਕਰਤੀ। ਸੋ ਦੱਸੋ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ। ਜਿਹਨੂੰ ਇਹ ਮੱਝ ਜੱਚਦੀ ਹੈ ਤਾਂ ਕਾਲ ਤੁਸੀਂ ਕਰੋ, ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ।